ਗੁਰਦਾਸਪੁਰ ਦੇ ਟਿੱਬੜੀ ਰੋਡ ਦੇ ਉੱਤੇ ਬਣੇ ਯੈਸ ਬੈਂਕ ਦੇ ਵਿੱਚ ਅਚਾਨਕ ਅੱਗ ਲੱਗ ਗਈ। ਇਹ ਅੱਗ ਤਕਰੀਬਨ ਸਵੇਰੇ 3 ਵਜੇ ਲੱਗੀ ਦੱਸੀ ਜਾ ਰਹੀ ਹੈ। ਜਦ ਪੁਲਿਸ ਗਸ਼ਤ ਕਰ ਰਹੀ ਸੀ ਤਾਂ ਪੁਲਿਸ ਕਰਮੀਆਂ ਨੇ ਦੇਖਿਆ ਕਿ ਬੈਂਕ ਦੇ ਅੰਦਰੋਂ ਧੂੰਆਂ ਨਿਕਲ ਰਿਹਾ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਫਾਇਰ ਬ੍ਰਿਗੇਡ ਦੇ ਵੱਲੋਂ ਕਰੀਬਨ 4 ਵਜੇ ਤੱਕ ਅੱਗ ਤੇ ਬੜੀ ਮੁਸ਼ਕਿਲ ਦੇ ਨਾਲ ਕਾਬੂ ਪਾਇਆ ਗਿਆ। ਫਿਲਹਾਲ ਪੁਲਿਸ ਮੌਕੇ ਦੇ ਉੱਤੇ ਪਹੁੰਚ ਕੇ ਅੱਗ ਦੇ ਕਾਰਨਾਂ ਦਾ ਪਤਾ ਲਗਾਉਣ ਦੇ ਵਿੱਚ ਜੁਟੀ ਹੋਈ ਹੈ। ਫਿਲਹਾਲ ਹਾਲੇ ਤੱਕ ਅੱਗ ਦੇ ਕਾਰਨਾਂ ਦਾ ਕੁਝ ਵੀ ਪਤਾ ਨਹੀਂ ਲੱਗ ਸਕਿਆ। ਔਰ ਆਪਣਾ DSP ਸਾਹਿਬ ਆ ਗਏ ਔਰ ਫਾਇਰ ਬ੍ਰਿਗੇਡ ਆ ਗਈ ਹੈ, ਤੋ ਉਸ ਪਰ ਫਾਇਰ ਬ੍ਰਿਗੇਡ ਕਾਬੂ ਪਾ ਲਈਏ, ਤੋ ਅਭੀ ਕੋਈ ਵੈਸਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਜੈਸੇ SHO ਸਾਹਿਬ ਬੋਲ ਰਹੇ ਹੈ, ਤੋ ਬਾਕੀ ਅਭੀ ਜਾਇਜ਼ਾ ਲੈਂਗੇ, ਬਤਾ ਦੇ ਸਭ ਕੁਛ ਠੀਕ ਹੈ। ਕਿਆ ਠੀਕ ਮੇਰਾ ਨਾਮ ਆਕਾਸ਼, ਰਾਤ ਕੋਈ 4 ਵਜੇ ਦਾ ਟਾਈਮ ਸੀਗਾ ਜਦੋਂ ਫੋਨ ਆਇਆ ਵੀ ਮੇਰੇ ਮੁਲਾਜ਼ਮ ਸੀਗੇ ਨਾਈਟ ਡਿਊਟੀ ਦੇ, ਅਤੇ ਇਹਨਾਂ ਦੇ ਜਿਹੜਾ ਹੈਗਾ ਗਾਰਡ ਉਹਨੂੰ ਦੱਸਿਆ ਵੀ ਬੈਂਕ 'ਚ ਧੂੰਆਂ ਨਿਕਲ ਰਿਹਾ, ਅਤੇ ਮੇਰੇ ਜਿਹੜੇ ਨਾਈਟ ਡਿਊਟੀ ਹੋਏ ਉਹਨਾਂ ਉਸ ਵੇਲੇ ਮੈਨੂੰ ਕਾਲ ਕੀਤੀ, ਆਪਾਂ ਮੌਕੇ ਪਹੁੰਚ ਗਏ। DSP ਗੁਰਵੰਤ ਸਿੰਘ ਬੈਂਸ ਮੌਕੇ 'ਤੇ ਪਹੁੰਚੇ, ਫਾਇਰ ਬ੍ਰਿਗੇਡ ਬੁਲਾਈ, ਲਾਈਟ ਸਿਸਟਮ ਬੰਦ ਕਰਕੇ ਸਾਰਾ ਆਪਾਂ ਫਿਰ ਕਾਬੂ ਪਾ ਲਿਆ, ਹਾਂ ਕਿਤੇ ਸ਼ਾਂਤੀਪੂਰਵਕ ਕਾਬੂ ਪੈ ਗਿਆ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਬਾਕੀ ਕੈਸ਼ ਵਗੈਰਾ ਸਭ ਮੈਨੇਜਰ ਨੂੰ ਪੁੱਛਿਆ ਸੀਗਾ, ਉਹਨਾਂ ਨੇ ਕਿਰਾਇਆ ਸਭ ਸੇਫ ਸੀਗਾ, ਬਾਕੀ ਠੀਕ ਹੈ। ਕੋਈ ਅੰਦਰ ਇਹੋ ਜਿਹਾ ਲੱਗਿਆ ਤਾਂ ਨਹੀਂ, ਕਾਰਨ ਕੋਈ ਸਰਕਟ ਸਾਈਡ ਹੋਣ ਕਰਕੇ ਹੋ ਸਕਦਾ, ਇਹ ਬਾਅਦ 'ਚ ਪਤਾ ਲੱਗੇਗਾ, ਹੁਣ ਆਪਾਂ ਮੁਆਇਨਾ ਕਰਾਂਗੇ। ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ, ਜਗਤ ਸੇਵਕ, ਵੈਬ TV।